जी बिस्मिल्लाहिर्रहमानिर्रहीम, अस्सलाम वालेकुम व रहमतुल्लाहि व बरकातुहू। तमाम आशिकान रसूल करीम सल्लल्लाहु अलैहि व आलिहि वसल्लम अरान साडी तरफों जनाब ढेरों ढेर ईद मिलादुन्नबी दियां खुशी मुबारक हो। और इस दे विच इंशाल्लाह साडे पिंड डोग सारण दे अंदर वी अलहम्दुलिल्लाह जलूस ए पाक दा इनकार कीता गया है। उस सिलसिले में माशाल्लाह दरबार शरीफ वाली मस्जिद में माशाल्लाह तो नज़र आ रहा है, मीनार पीछे दरबार शरीफ नज़र आ रहा है। तो माशाल्लाह जिसने ईद मिलादुन्नबी अलैहिस्सलाम बा अदब होके और जोश तरीके अच्छे अंदाज मनाया जाएगा, जिद सारे साढ़े भरा शिरकत वास्ते माशाल्लाह तैयारियां कर रहे हैं। पिछले जो साउंड सिस्टम है वो रिक्शे उत्ते रख के सारा सिस्टम जोड़ा हो रहा है इंशाल्लाह। ਇਹ ਜਨਾਬ ਭਾਈ ਅਖਤਰ ਸਾਹਿਬ ਨੇ, ਵੱਡੇ ਭਾਈ ਮੁਹੰਮਦ ਨਾਰ ਖਾਨ ਇਹ ਵੀ ਛੁੱਟੀ ਆਏ ਨੇ ਜਨਾਬ। ਚਲੋ ਇਹਨਾਂ ਦੀ ਕਿਸਮਤ ਵਿੱਚ ਵੀ ਜਸ਼ਨ ਈਦ ਮਿਲਾਦੁਨਨਬੀ ਦੀਆਂ ਖੁਸ਼ੀਆਂ ਨੇ। ਅੱਲਾਹ ਪਾਕ ਸਾਰਿਆਂ ਦਾ ਆਉਣਾ ਜਿਹੜਾ ਨਾ ਉਹ ਕਬੂਲ ਅਤੇ ਮਨਜ਼ੂਰ ਫਰਮਾਉਣ। ਬਾਕੀ ਸਾਡੇ ਨਾਲ ਤੁਸੀਂ ਰਹਿਣਾ ਇਨਸ਼ਾਅੱਲਾ, ਨਾਤਾਂ ਵੀ ਹੋਣੀਆਂ, ਦਰੂਦ ਸਲਾਤ ਵੀ ਵਧਾ, ਜ਼ਿਕਰੋ ਜ਼ਿਕਾਰ ਵਧਾ, ਸਾਰਾ ਸਾਡੇ ਨਾਲ ਲਗਾਉਣਾ ਇਨਸ਼ਾਅੱਲਾ। ਤੁਹਾਨੂੰ ਬਹੁਤ ਮਜ਼ਾ ਆਉਣਾ ਹੈ। ਲੋ ਜੀ ਦੋਸਤੋ, ਦੇਖ ਸਕਦੇ ਹੋ ਨਜ਼ਾਰਾ ਮਾਸ਼ਾਅੱਲਾ, ਪਿੱਛੇ ਬੈਨਰ ਸ਼ੈਨਰ ਲਾ ਰਹੇ ਨੇ ਮਾਸ਼ਾਅੱਲਾ, ਸਾਰੇ ਤਰਤੀਬ ਬਣਾ ਰਹੇ ਨੇ, ਕੁਛ ਬਾਈ ਆ ਚੁੱਕੇ ਨੇ, ਕੁਝ ਜੀ ਆਉਣ ਵਾਲੇ ਨੇ ਇਨਸ਼ਾਅੱਲਾ। ਆਸਤੇ ਆਸਤੇ ਸਾਰਾ ਇਕੱਠੇ ਹੋ ਕੇ ਕਾਫੀ ਵੱਡਾ ਇਨਸ਼ਾਅੱਲਾ ਜਲੂਸ ਜਿਹੜਾ ਨਾ ਹੋਰ ਇਹਦਾ ਜਗ੍ਹਾ ਜਗ੍ਹਾ ਤੇ ਇਨਸ਼ਾਅੱਲਾ ਬੰਨਿਆ, ਆਪਣੇ ਆਪਣੀ ਔਕਾਤ ਦੇ ਮੁਤਾਬਕ ਜਿਹੜਾ ਅਲਹਮਦੁਲਿਲਾ ਲੰਗਰ ਦਾ ਵੀ ਬੰਦੋਬਸਤ ਕੀਤਾ ਹੁੰਦਾ, ਉਹ ਵੀ ਸਾਰੇ ਭਰਾ ਖਾਂਦੇ ਨੇ ਮਾਸ਼ਾਅੱਲਾ। ਤੇ ਭਾਈ ਇਰਫਾਨ ਸਾਹਿਬ ਵੀ ਪਹੁੰਚ ਚੁੱਕੇ ਨੇ, ਲਾਲਾ ਸ਼ਹਿਜ਼ਾਦ ਵੀ ਆ ਗਿਆ, ਬਾਕੀ ਜਿਹੜਾ ਨੌਮੀ ਪਹਿਲਵਾਨ ਉਹ ਵੀ ਨਾਸ਼ਤਾ ਕਰ ਰਿਹਾ, ਉਹਨੂੰ ਬੁਲਾ ਲੈਂਦੇ ਹਾਂ, ਬਿਲਾਲੀ, ਸਾਰੇ ਜਿਹੜੇ ਨੇ ਇਨਸ਼ਾਅੱਲਾ। ਇਹ ਖੁਸ਼ਕਿਸਮਤੀ ਹੁੰਦੀ ਹੈ ਕਿ ਉਹਦੀਆਂ ਮਹਿਫਲਾਂ ਵਿੱਚ ਹਿੱਸਾ ਲੈ ਲੈਣਾ, ਕਿ ਅੱਲਾਹ ਤਾਲਾ ਦੀ ਰਹਿਮਤ ਨਾਲ ਬਖਸ਼ੀ ਦਾ ਸਬਬ ਬਣ ਜਾਂਦੀ ਹੈ। ਬਾਕੀ ਇਨਸ਼ਾਅੱਲਾ ਫਿਰ ਨਾਲ ਨਾਲ ਸਾਰਾ ਤੁਹਾਨੂੰ ਵਿਜ਼ਿਟ ਕਰਾਉਂਦੇ ਰਹਿੰਦੇ ਹਾਂ। ਜਜ਼ਾਕ ਅੱਲਾਹ ਜਨਾਬ। I'm
ਮੇਰੇ ਪਿਆਰੇ ਦੋਸਤੋ, ਮਾਸ਼ਾਅੱਲਾ ਤਕਰੀਬਨ ਚੌਥੀ ਪੰਜਵੀਂ ਰਾਤ ਸਟੇ ਕਰ ਰਹੇ ਨੇ ਅਤੇ ਲੰਗਰ ਖਾ ਰਹੇ ਨੇ ਮਾਸ਼ਾਅੱਲਾ। ਹੁਣ ਇੱਥੇ ਪਹਿਲੇ ਤਲਾਵਤ ਸ਼ਰੀਫ ਹੋਈ ਹੈ, ਫਿਰ ਨਾਤ, ਮੈਂ ਤੇ ਪਾਓ ਦੋਸਤ, ਬਾਅਦ ਫਿਰ ਦੁਆ ਖੈਰ ਹੋਈ ਸਾਰੀ। ਫਿਰ ਜਨਾਬ ਇਨਸ਼ਾਅੱਲਾ ਜਿਹੜਾ ਰੋਡ ਦੇ ਬਿਲਕੁਲ ਨਾਲ ਹੀ ਜਿਹੜਾ ਨਾ ਆਪਣਾ ਮਾਸ਼ਾਅੱਲਾ ਸਾਰੇ ਭਰਾ ਲੱਗੇ ਹੋਏ ਨੇ ਇਸ ਸਾਈਡ 'ਤੇ ਵੀ। ਹੁਣ ਲੰਗਰ ਸਾਰਾ ਤਕਸੀਮ ਹੋ ਗਿਆ ਮਾਸ਼ਾਅੱਲਾ, ਲੰਗਰ ਸ਼ੰਗਰ ਖਾ ਰਹੇ ਜਨਾਬ। ਭਾਈ ਨਾਰ ਖਾਂ ਵਿੱਚ ਤਸ਼ਰੀਫ ਫਰਮਾਇਆ, ਲੱਗ ਰਿਹਾ ਨਾ ਜਨਾਬ ਹੈ ਅੱਧਾ ਫੁੱਲ ਹੋਈ ਪਈ ਹੋਈ ਜਨਾਬ। ਹਾਂ ਵੇਖੋ ਇੱਦਾਂ ਜਨਾਬ, ਚਾਵਲ ਚਾਹੇ ਜ਼ਰਦਾ, ਸਰਕਾਰ ਦੀ ਆਮਦ ਦੀ ਖੁਸ਼ੀਆਂ ਮਨਾ ਰਹੇ ਲੋਕ, ਜ਼ਰਦਾ ਖਾ ਰਹੇ, ਚਨੇ ਪਲਾਓ, ਹਰ ਕਿਸਮ ਦਾ ਜਿਹੜਾ ਨਾ ਸੀਨ ਚੱਲਿਆ ਜਨਾਬ। ਚਸਾਂ ਲੈ ਰਹੀ ਦੁਨੀਆ ਹੈ ਜੀ, ਸੋਹਣੇ ਕਮਲੀ ਵਾਲੇ ਹਬੀਬ ਅਲੈਹਿ ਸਲਾਤੁ ਵਸਲਾਮ ਜੀ ਰਲ ਸਕਦਾ ਜਨਾਬ। ਅਤੇ ਇਨਸ਼ਾਅੱਲਾ ਇਸ ਬਾਅਦ ਅੱਗੇ ਵੀ ਹੁਣ ਕਾਫੀ ਜ਼ਿਆਦਾ ਇਨਸ਼ਾਅੱਲਾ ਸਟੇ ਹੋਇਆ, ਜਿਵੇਂ ਜਿਵੇਂ ਬੰਦੇ ਨੇ ਅੱਲਾਹ ਪਾਕ ਦੀ ਤੋਫੀਕ ਬਖਸ਼ੀ ਹੈ, ਸਰਕਾਰ ਦੀ ਆਮਦ ਦੀ ਖੁਸ਼ੀ ਲੰਗਰ ਪਕਾਉਂਦੇ ਨੇ, ਆਪ ਵੀ ਖਾਂਦੇ ਨੇ ਅਤੇ ਲੋਕਾਂ ਨੇ ਖਵਾਉਂਦੇ ਨੇ, ਅੱਲਾਹ ਪਾਕ ਰਿਜ਼ਕ ਕੋਈ ਮਜ਼ੀਦ ਇਜ਼ਾਫਾ ਅਤਾ ਫਰਮਾ ਦਿੰਦੇ। ਅਤੇ ਇਨਸ਼ਾਅੱਲਾ ਫਿਰ ਅੱਗੇ ਨਿਕਲਣੇ, ਅਲਹਮਦੁਲਿਲਾ ਅੱਲਾਹ ਖੈਰ ਕਰੇ ਜਨਾਬ, ਜਨਤਾ ਸਾਰੀ ਚਸਾਂ ਲਾ ਰਹੀ ਜਨਾਬ। ਦੋਸਤਾਂ ਮਾਸ਼ਾਅੱਲਾ ਦਰਬਾਰ ਸ਼ਰੀਫ ਦੀ ਪਿਆਰੀ ਮਸਜਿਦ ਦਾ ਨਜ਼ਾਰਾ ਲਓ, ਅਤੇ ਮਾਸ਼ਾਅੱਲਾ ਵਿੱਚ ਮਦਰੱਸਾ ਵੀ ਹੈ ਅਤੇ ਮਸਜਿਦ ਵੀ ਮਾਸ਼ਾਅੱਲਾ, ਮਸਜਿਦ ਦਾ ਗੁੰਬਦ ਹੈ, ਮਹਿਰਾਬ ਸ਼ਰੀਫ, ਸੋਰੀ ਮਹਿਰਾਬ ਸ਼ਰੀਫ, ਅਤੇ ਇਹ ਮਾਸ਼ਾਅੱਲਾ ਮੀਨਾਰ ਸ਼ਰੀਫ ਹੈ। ਇੱਕ ਸੌ ਸਣੇ ਜਿਹੜਾ ਉੱਤੇ ਸਿੱਟਾ ਲੱਗਿਆ ਨਾ ਸਟੀਲ ਦਾ, ਮੇਰੇ ਖਿਆਲ ਨਾਲ 110-9 ਫੁੱਟ ਹੈ, ਇੱਕ ਟਾਈਮ 'ਚ ਉੱਤੇ ਗਏ ਸੀ ਮਾਸ਼ਾਅੱਲਾ, ਸੀੜੀਆਂ ਵੀ ਗਿਣੀਆਂ। ਇਹ ਮਾਸ਼ਾਅੱਲਾ ਪੀਰਾਂ ਦਾ ਦਰਬਾਰ ਹੈ, ਅਤੇ ਇਨਸ਼ਾਅੱਲਾ ਹੁਣ ਜਿਹੜਾ ਅਜੇ ਤੱਕ ਵੀ ਮਹਿਫਲ ਜਾ ਰਹੀ ਹੈ, ਲੇਕਿਨ ਬਸ ਹੁਣ ਵਾਪਸ ਮੈਂ ਜਾ ਰਿਹਾ ਡੇਰੇ 'ਤੇ, ਅਤੇ ਇਨਸ਼ਾਅੱਲਾ ਭਾਈ ਨਾਰ ਖਾਂ ਦਾ ਭਾਜੀ ਅਫਜ਼ਲ ਉੱਥੇ ਨੇ, ਅਤੇ ਇਨਸ਼ਾਅੱਲਾ ਡੇਰੇ ਚੱਲਣਾ ਕੋਈ, ਉੱਥੇ ਥੋੜ੍ਹੇ ਬਹੁਤ ਜਿਹੜੇ ਮਾਮਲਾਤ ਨੇ ਚੱਲ ਕੇ ਵੇਖ ਲੈਂਦੇ ਇਨਸ਼ਾਅੱਲਾ। ਬਾਕੀ ਮੌਸਮ ਹਲਕੀ ਹਲਕੀ ਪਿਆਰੀ ਪਿਆਰੀ ਆਵਾਜ਼ ਚੱਲ ਰਹੀ ਹੈ, ਅਤੇ ਪਾਣੀ ਲੋਕਾਂ ਵਿੱਚ ਵੀ ਜਨਾਬ ਆਉਂਦੇ ਹੋ, ਸਾਰਾ ਟੋਟਿਆਂ 'ਚ ਪਾਣੀ ਖਲੋਤਾ ਹੈ, ਕਮਾਦੇ ਵਿੱਚ ਸਾਰਾ ਪਾਣੀ ਖੜਿਆ ਜਨਾਬ ਥੱਲੇ ਤੱਕ। ਅਤੇ ਅੱਲਾਹ ਪਾਕ ਜਿੰਨੇ ਵੀ ਯਾਰ ਮਹਿਫਲ ਮਿਲਾਦ ਸ਼ਰੀਫ ਦੇ ਇਸ ਪਿਆਰੇ ਜਲੂਸ 'ਚ ਸ਼ਾਮਿਲ ਹੋਏ ਨੇ ਸਭ ਦਾ ਅੱਲਾਹ ਪਾਕ ਕਬੂਲ ਫਰਮਾ, ਆਉਣਾ ਜਾਣਾ, ਪੜ੍ਹਨਾ ਪੜ੍ਹਾਉਣਾ ਸੁਣਨਾ। ਨਾਜ਼ ਸ਼ਰੀਫ ਅਲਹਮਦੁਲਿਲਾ ਪੜ੍ਹੀ ਸੀ, ਅਸਾਂ ਵੀ ਹਾਜ਼ਰੀ ਲਵਾਈ, ਅਤੇ ਹੁਣ ਇਨਸ਼ਾਅੱਲਾ ਡੇਰੇ 'ਤੇ ਚੱਲਣਾ, ਅੱਲਾਹ ਪਾਕ ਖੈਰ ਫੇਰ ਫਰਮਾਏ, ਬਾਕੀ ਚੱਲ ਕੇ ਆਪਣੇ ਮਾਮਲਾ ਚੈੱਕ ਕਰ ਲੈਂਦੇ ਹਾਂ। ਅੱਲਾਹ ਪਾਕ ਇਸ ਪਿਆਰੇ ਮਾਹ ਮੁਕੱਦਸ ਸਦਕਾ ਸਾਨੂੰ ਸਾਰਿਆਂ ਨੂੰ ਬਾਮਬਲ ਹੋ ਕੇ ਅੱਲਾਹ ਦੇ ਹਜ਼ੂਰ ਜਿਹੜਾ ਅੱਛੇ ਅੰਦਾਜ਼ ਨਾਲ ਪੰਜ ਵਕਤ ਦੇ ਬਾਅਦ ਜਮਾਤ ਨਮਾਜ਼ ਔਰ ਅੱਲਾਹ ਪਾਕ ਦੀ ਰਜ਼ਾ ਵਾਲੇ ਕੰਮ, ਅੱਲਾਹ ਦੇ ਹਬੀਬ ਅਲੈਹਿ ਸਲਾਤੁ ਵਸਲਾਮ ਜੀਰਾਂ ਦੇ ਦੱਸੇ ਤਰੀਕੇ ਦੇ ਮੁਤਾਬਕ ਚੱਲ ਕੇ ਜ਼ਿੰਦਗੀ ਗੁਜ਼ਾਰਨ ਤੋਫੀਕ ਅਤਾ ਫਰਮਾਏ ਜਨਾਬ। ਚਲੋ ਡੇਰੇ ਚੱਲੇ, ਬਾਕੀ ਮਾਮਲਾ ਤੋਂ ਦਿਖਾ ਕੇ ਫਿਰ ਇਨਸ਼ਾਅੱਲਾ ਵੇਖ ਲੈਂਦੇ ਆਪਣੇ ਮਾਲਦਾਰੀ ਦੇ ਵੀ ਇਨਸ਼ਾਅੱਲਾ ਹਲਕੇ ਫੁਲਕੇ। ਲੋ ਜੀ ਦੋਸਤੋ, ਮਾਸ਼ਾਅੱਲਾ ਡੇਰੇ ਦਿਨ ਕਰੀਬ ਪੈਦਲ ਰੜਕਦਾ ਰੜਕਦਾ ਮੈਂ ਪਹੁੰਚ ਚੁੱਕਿਆ ਮਾਸ਼ਾਅੱਲਾ ਆਪਣੇ ਡੇਰੇ ਦੀ। ਮਾਸ਼ਾਅੱਲਾ ਲੁੱਕ ਚੈੱਕ ਕਰੋ, ਵੇਖੋ ਮਾਸ਼ਾਅੱਲਾ ਕੈਸਾ ਤੁਹਾਨੂੰ ਲੱਗ ਰਿਹਾ ਮਾਹੌਲ, ਕਬੂਤਰ ਵੀ ਆਪਣੇ ਭੜਕੀਆਂ ਲਾ ਰਹੇ ਜਨਾਬ, ਜ਼ੂਮ ਕਰਕੇ ਵੇਖੀਏ, ਚੱਸਾਂ ਲੈ ਰਹੇ ਨੇ। ਅਤੇ ਬਾਕੀ ਇਨਸ਼ਾਅੱਲਾ ਡੇਰੇ ਜਨਾਬ
ਉਹ ਚ ਮੂਹੀਆਂ ਵੀ ਨਿਸਰ ਗਈਆਂ, ਪਾਣੀ ਛਣੀ ਵਿੱਚ ਬਤੇਰਾ ਖੜਿਆ। ਉਮੀਦ ਵੀ ਫਿੱਟ ਹੋ ਰਿਹਾ ਸੀ, ਅੱਜ ਕੱਲ੍ਹ ਸੇਕ ਬੜਾ ਬਣ ਗਿਆ। ਉਮੀਦ ਇਨਸ਼ਾਅੱਲਾ ਆ ਜਨਾਬ ਖੋਤੀ ਵਧੀ ਹੈਗੇ V8 ਅਪਲਾਈਡ ਫੋਰ, ਅਤੇ ਬਾਕੀ ਪੱਖੇ ਛੱਕੇ ਚੱਲ ਰਹੇ ਫੋਰ ਆਏ। ਮੋਟਰ ਥੋੜ੍ਹੀ ਜਿਹੀ ਇਸ਼ੂ ਕਰ ਰਹੀ, ਅੱਲਾ ਕਿਤੇ ਠੀਕ ਹੋ ਗਈ। ਅਤੇ ਹਵਾ ਹਲਕੀ ਹਲਕੀ ਚੱਲ ਰਹੀ, ਕਿੰਨਾ ਥੋੜ੍ਹਾ ਜਿਹਾ ਗਰਮੀ ਵੀ ਆ ਜੇ ਗੂੰਜੀ ਆ ਜਨਾਬ, ਵੇਖ ਨਿਸਰਨੀ ਸ਼ੁਰੂ ਹੋ ਗਈ ਕਦਾਈਆਂ ਕਦਾਈਆਂ, ਅਤੇ ਮੀਂਹ ਮੀਂਹ ਛੱਕ ਕੇ ਹੋਰ ਕੋਈ ਨਿਸਰੀ ਕੋਈ ਨਹੀਂ ਕਿ ਟੁੱਟੇ ਕੋਈ ਨਿਸਰ ਗਈ। ਕਬੂਤਰ ਆਏ ਦੁਪਹਿਰੇ, ਪਤਾ ਨਹੀਂ ਬਲਾਲ ਸਾਹਿਬ ਦੁਬਾਰਾ ਕਬੂਤਰ ਆਇਆ, ਉਹਨਾਂ ਸ਼ੇਡ ਬਣਾ ਰਹੇ ਨੇ ਜਿਹੜੇ ਤਰੇ ਉੱਡੇ ਜੋ ਮਕਾਨਾਂ ਉੱਤੇ ਬੈਠੇ ਨੇ। ਚੱਲ ਕੇ ਵੇਖਦੇ ਕੀ ਸੀਨ। ਉਸ ਸਮੇਂ ਡੇਰੇ 'ਤੇ ਆ ਗਿਆ, ਐਵੇਂ ਬੈਗ ਵੀ ਭਾਈ ਅਨਾਰ ਖਾਨ ਕੱਢਿਆ, ਬੈਟ ਸ਼ਰਟ ਸੈਟ ਕਰਾ ਲਈਏ, ਅਸੀਂ ਤਾਂ ਝੂਟਾ ਲੈਂਦੇ ਨਹੀਂ, ਅਤੇ ਉਹ ਲੈਣ ਦੇ ਮੇਨ 'ਤੇ ਜਾ ਛੱਡੀ ਕੋਈ ਨਾਲ। ਇਹ ਗ੍ਰੈਂਡ ਸ਼ੀਫ ਹੋਇਆ, ਇਹ ਵੱਡੇ ਭਾਈ ਦੀ ਇਸੇ ਦੇਖ, ਉਹ ਫਾਰਚੂਨਰ ਡਾਲੇ ਦਵਾਈ ਲੈਣ ਤੁਰ ਗਏ ਨੇ। ਅਤੇ ਇਹਨਾਂ ਦੁਆਵਾਂ ਦੇ ਨਾਲ ਆ ਕੇ ਉਮੀਦ ਕਰਨਾ ਤੁਹਾਨੂੰ ਅੱਜ ਵੀਡੀਓ ਚੰਗੀ ਲੱਗੀ, ਅਤੇ ਖੁਸ਼ ਰਹੋ, ਆਬਾਦ ਰਹੋ, ਅੱਲਾ ਦੇ ਸੁਣ ਦੀਆਂ ਤਾਰੀਫਾਂ ਕਰਦੇ ਰਹੋ, ਅੱਲਾ ਪਾਕ ਜੱਲਾ ਸ਼ਾਨ ਉਹਨਾਂ ਦਾ ਜ਼ਿਕਰ ਕਰਦੇ ਰਹੋ, ਅੱਲਾ ਪਾਕ ਦਾ ਨਬੀ ਜ਼ਾਤ ਸਵਾ ਕਦੀ ਵੀ ਇਸ ਮੁਬਾਰਕ ਦਿਨ ਦਾ ਸਦਕਾ ਕਦੀ ਮੁਹਤਾਜ ਨਾ ਫਰਮਾਉਣ। ਜਿਹੜੇ ਸਾਡੇ ਭੈਣਾਂ ਭਰਾ ਬਿਮਾਰ ਬਿਲ ਖਸੂਸ, ਅੱਲਾ ਪਾਕ ਉਹਨਾਂ ਕਮੀ ਵਾਲੇ ਹਬੀਬ ਅਲੈ ਸਲਾਤ ਇਸਲਾਮ ਜੀ ਨੇ ਜ਼ਾਤ ਪੁਰਨੂਰ ਦਾ ਸਦਕਾ ਸਿਹਤ ਕਾਮਲਾ ਅਤਾ ਫਰਮਾ ਕੇ ਲੰਮੀ ਅਤੇ ਖੈਰ ਜ਼ਿੰਦਗੀ ਤਾ ਫਰਮਾਓ। ਦੁਆਵਾਂ ਯਾਦ ਰੱਖੇ, ਆਪਣਾ ਖਿਆਲ ਰੱਖੋ। ਜਿਹੜਾ ਭੈਣ ਭਰਾ ਚੈਨਲ 'ਤੇ ਨਵਾਂ, ਮਿਹਰਬਾਨੀ ਕਰਕੇ ਚੈਨਲ ਕਰ ਦਿਓ ਸਬਸਕ੍ਰਾਈਬ। ਓਕੇ, ਅੱਲਾ ਦੇ ਗੇ ਬਣ।